ਨਮਸਕਾਰ ਦੋਸਤੋ, ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਲਾਈਵ ਲੈ ਕੇ ਹਾਜ਼ਰ ਹੋਏ ਹਾਂ। ਸਾਡਾ ਲਾਈਵ ਹੋਣ ਦਾ ਮਕਸਦ ਜਿਹੜੀ ਟ੍ਰੈਫਿਕ ਕਰਕੇ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਇੱਥੇ ਧਰਨਾ ਲੱਗਿਆ। ਇਹ ਤੁਸੀਂ ਦੇਖ ਸਕਦੇ ਹੋ, ਇੱਧਰ ਰੂਪ ਇੰਜੀ ਵਾਲੇ ਨੇ ਜਿਹੜੇ ਕਿ ਰਜਾਈਆਂ ਵਗੈਰਾ ਬੁੰਦੇ ਨੇ। ਇਹ ਰਸਤਾ ਕਿਲੇ ਨੂੰ ਜਾਂਦਾ, ਤੁਸੀਂ ਦੇਖਦੇ ਹੋਵੋਗੇ। ਇੱਧਰ ਤੁਹਾਨੂੰ ਬੈਕ ਸਾਈਡ ਵੀ ਦਿਖਾ ਦਿੰਦੇ ਹਾਂ ਅਤੇ ਤੁਹਾਨੂੰ ਜਿਹੜਾ ਇਹ ਦੇਸਰਾ ਸਕੂਲ ਹੈ, ਤੁਸੀਂ ਦੇਖ ਸਕਦੇ ਹੋ ਗੱਡੀਆਂ ਲੱਗੀਆਂ ਹੋਈਆਂ ਨੇ ਜੋ ਕਿ ਸਮਾਨ ਢੋਂਦੀਆਂ ਨੇ, ਦੂਸਰੇ ਵਹੀਕਲ ਵੀ ਲੱਗੇ ਹੁੰਦੇ ਨੇ ਜਿਹਦੇ ਕਰਕੇ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀਆਂ ਨੇ ਅਤੇ ਸਕੂਲ ਕਰਕੇ ਵੀ ਦਿੱਕਤ ਆਉਂਦੀ ਹੈ। ਬੱਚਿਆਂ ਦੇ ਸਕੂਲ ਲੱਗਦੇ ਨੇ ਜਦੋਂ, ਪਰ ਇਸ ਦੇ ਮੱਦੇਨਜ਼ਰ ਰੱਖਦੇ ਹੋਏ ਇਸ ਮੁਹੱਲਾ ਨਿਵਾਸੀ ਨੇ, ਦੁਕਾਨਦਾਰਾਂ ਨੇ ਰਲ ਕੇ ਧਰਨਾ ਲਾਇਆ। ਇਹਨਾਂ ਨਾਲ ਗੱਲਬਾਤ ਵੀ ਕਰਾਂਗੇ, ਪਰ ਆਪਾਂ ਇੱਕ ਵਾਰੀ ਇਹਨਾਂ ਤੋਂ ਪੁੱਛਦੇ ਹਾਂ ਕਿ ਕੀ ਸਮੱਸਿਆਵਾਂ ਨੇ ਇਹਨਾਂ ਦੀਆਂ। ਆਓ ਸੁਣਦੇ ਇਹਨਾਂ ਦੀ ਜ਼ੁਬਾਨੀ। ਹਾਂਜੀ, ਕੀ ਨਾਮ ਹੈ ਸਰ? ਮੇਰਾ ਨਾਮ ਸੰਜੀਵ ਸੈਣੀ ਹੈ ਜੀ, ਸੋਨੂੰ। ਹਾਂਜੀ, ਕਿਸ ਵਾਸਤੇ ਤੁਸੀਂ ਇਹ ਧਰਨਾ ਲਾਇਆ ਜਿਹੜਾ ਰੋਡ ਬਲੋਕ ਕੀਤਾ? ਵੀਰ ਜੀ, ਇਹ ਪਿਛਲੇ 4 ਸਾਲ ਤੋਂ ਸਾਨੂੰ ਪ੍ਰੋਬਲਮ ਹੈ। ਅਸੀਂ ਬਹੁਤ ਵਾਰੀ ਇਹਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ, ਖੰਭੇ ਲਵਾਏ, ਇਹਨਾਂ ਨੂੰ ਪ੍ਰਸ਼ਾਸਨ ਤੋਂ ਸਮਾਨ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਪੁਲਿਸ ਅਧਿਕਾਰੀ ਬੁਲਾਏ, ਪਰ ਇਹ ਉਸ ਟਾਈਮ ਚੱਲ ਜਾਂਦੇ ਆ, ਮੁੜ ਕੇ ਫਿਰ ਆ ਕੇ ਬਹਿ ਜਾਂਦੇ ਆ, ਫਿਰ ਉਦੋਂ ਬਾਅਦ ਕੋਈ ਸਾਡੀ ਸੁਣਵਾਈ ਨਹੀਂ ਕਰਦਾ। ਇਹਨਾਂ ਨੇ ਸਾਰੇ ਫੁੱਟਪਾਥ ਰੋਕ ਲਏ, ਸੜਕਾਂ ਰੋਕ ਲਈਆਂ, ਸਾਰਾ ਕੁਝ ਰੋਕ ਲੈਂਦੇ ਆ, ਤਾਂ ਟੱਪਣ ਵੀ ਨਹੀਂ ਦਿੰਦੇ ਕਿਸੇ ਨੂੰ। ਹੁਣ ਤਾਂ ਨੌਬਤ ਇੱਥੋਂ ਤੱਕ ਆ ਗਈ ਕਿ ਇਹ ਦੁਕਾਨਦਾਰ ਭਰਾਵਾਂ ਨੂੰ ਗਾਲਾਂ ਕੱਢਣ ਲੱਗ ਗਏ, ਉਲਟ ਬੋਲਣ ਲੱਗ ਗਏ, ਲੜਾਈ ਝਗੜੇ ਦੇ ਆ ਗਏ। ਇਹ ਕਹਿੰਦੇ ਸਾਡੀ ਮਨੋਕਲੀ ਆ, ਇਹਨਾਂ ਨੇ ਇੱਕ ਯੂਨੀਅਨ ਬਣਾ ਲਈ, 20-25 ਟਰਾਂਸਪੋਰਟਰ ਗੱਡੀਆਂ ਨੇ ਮਿਲ ਕੇ ਇੱਕ ਯੂਨੀਅਨ ਬਣਾ ਲਈ। ਯੂਨੀਅਨ ਬਣਾ ਕੇ ਸਾਨੂੰ ਧਮਕੀਆਂ ਦਿੰਦੇ, ਅਸੀਂ ਤੁਹਾਡੇ ਖਿਲਾਫ ਧਰਨੇ ਦੇਵਾਂਗੇ। ਬਾਹਰੋਂ ਕਾਲੇ ਵਾਲੀ, ਸਿਰਸਾ, ਫਤਿਹਾਬਾਦ, ਕਿੱਥੋਂ ਕਿੱਥੋਂ ਆ ਕੇ ਬੈਠੇ ਯਾਰ? ਸ਼ਹਿਰ ਵਾਲੇ ਬੰਦੇ ਦੀ ਸੁਣਵਾਈ ਨਹੀਂ, ਸ਼ਹਿਰ 'ਚੋਂ ਤੁਸੀਂ ਵੋਟਾਂ ਲੈਣੀਆਂ, ਸ਼ਹਿਰ 'ਚ ਤੁਸੀਂ ਰਹਿਣਾ, ਸਾਡੇ ਨਾਲ ਥੋੜ੍ਹਾ ਮੇਲ ਮਿਲਈ ਆ, ਸਾਡੀ ਸੁਣਵਾਈ ਨਹੀਂ, ਇਹਨਾਂ ਦੀ ਸੁਣਵਾਈ ਹੈ, ਵਿੱਚ ਦਾਲ ਚੂਸ ਕਾਲ ਹੈ। ਟਰਾਂਸਪੋਰਟਰਾਂ ਨੇ ਗੱਡੀਆਂ ਵਿਚਾਲੇ ਲਾ ਕੇ ਇੱਕ ਯੂਨੀਅਨ ਟਾਈਪ ਬਣਾ ਲਈ ਵੀ ਸਾਨੂੰ ਕੋਈ ਚੱਕਦਾ ਤਾਂ ਅਸੀਂ ਇਕੱਠੇ ਹੋ ਕੇ ਧਰਨਾ ਦੇਵਾਂਗੇ, ਇਕੱਠੇ ਹੋ ਕੇ ਅਸੀਂ MLA ਨੂੰ ਮਿਲਾਂਗੇ, ਇਕੱਠੇ ਹੋ ਕੇ ਅਸੀਂ ਕਾਰਪੋਰੇਸ਼ਨ ਜਾਵਾਂਗੇ ਵੀ ਸਾਨੂੰ ਚੱਕਦੇ ਆ। ਇਹ ਕੋਈ ਟਰਾਂਸਪੋਰਟ ਏਰੀਆ ਨਹੀਂ ਹੈ, ਇਹ ਸਾਡਾ ਰੈਜੀਡੈਂਸ਼ਲ ਏਰੀਆ ਵੀ ਅੱਗੇ, ਇਹ ਸਕੂਲ ਹੈ, ਬਹੁਤ ਵੱਡਾ ਸੀਨੀਅਰ ਸੈਕੰਡਰੀ ਸਕੂਲ ਹੈ, ਬੱਚੇ ਤਾਂ ਪੜ੍ਹਦੇ ਆ ਕੁੜੀਆਂ ਮੁੰਡੇ, ਐਂ ਥੋੜ੍ਹੀ ਆ ਵੀ ਇੱਥੇ ਆ ਕੇ ਤੁਸੀਂ ਕਬਜ਼ੇ ਕਰ ਲਓਗੇ, ਕਾਬੂ ਹੋ ਜਾਓਗੇ। ਆਹ ਪਿੱਛੇ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ, ਕਿਲਾ ਸਾਹਿਬ ਨੂੰ, ਸਾਰੇ ਪੰਜਾਬ 'ਚੋਂ, ਹਿੰਦੁਸਤਾਨ 'ਚੋਂ ਦੁਨੀਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੀ ਹੈ। ਇੱਥੇ ਉਹਨਾਂ ਦੀਆਂ ਗੱਡੀਆਂ ਫਸੀਆਂ ਰਹਿੰਦੀਆਂ ਘੰਟਾ ਘੰਟਾ, ਇੱਥੇ ਇੰਨੇ ਮਾੜੇ ਹਾਲਾਤ ਕਰ ਛੱਡੇ ਆ। ਇੱਧਰੋਂ ਕੋਈ ਸਾਡੇ ਮੁਹੱਲੇ ਦੀ ਜਨਾਨੀ ਕੁੜੀ ਟੱਪਦੀ ਨਹੀਂ ਇਸ ਏਰੀਏ 'ਚੋਂ, ਜੇ ਤੁਸੀਂ ਸੋਚੋਗੇ ਨਾ ਵੀ ਅਸੀਂ ਟੱਪ ਜੂਗੀ ਨਾ, ਉਹ ਘੁੰਮ ਕੇ ਟੱਪਦੇ ਉੱਤੋਂ ਦੀ ਜਾਂ ਕਿਲਾ ਸਾਹਿਬ ਤੋਂ ਅੱਗੋਂ ਦੀ ਜਾਂਦੇ, ਉੱਧਰੋਂ ਕਿਲਾ ਰੋਡ ਤੋਂ। ਇਹ ਇੰਨੇ ਮਾੜੇ ਹਾਲਾਤ ਕਰਤੇ ਇਹਨਾਂ ਨੇ, ਸਾਨੂੰ ਇੰਨੀ ਪਰੇਸ਼ਾਨੀ ਆ ਗਈ, ਹਾਰ ਕੇ ਧਰਨੇ 'ਤੇ ਬੈਠਣਾ ਪਿਆ। ਸਾਡੇ ਵਾਰਡ ਦੇ ਸਾਰੇ ਜਾਣੇ ਪਛਾਣੇ ਚਿਹਰੇ ਸ਼ਹਿਰ ਦੇ, ਇਹ ਸੋਨੂੰ ਮਹੇਸ਼ਵਰੀ ਜੀ ਬੈਠੇ ਆ, ਡਾਕਟਰ ਵਿਧੂ ਜੀ ਬੈਠੇ ਆ, ਹੋਰ ਬਥੇਰੇ ਰੂਪਲ ਜੋੜਾ ਜੀ ਬੈਠੇ ਆ, ਬਥੇਰੇ ਬੰਦੇ ਸਾਡੇ ਵਾਰਡ ਦੇ ਬੈਠੇ ਆ, ਸੀਨੀਅਰ ਬੰਦੇ ਬੈਠੇ ਆ, ਕਿ ਸਾਨੂੰ ਇੰਨੀ ਕੁ ਪਰੇਸ਼ਾਨੀ ਆ ਗਈ, ਸਾਨੂੰ ਇੱਥੇ ਬੈਠਣਾ ਪੈ ਗਿਆ ਧੁੱਪੇ। ਅਤੇ ਜਦ ਤੱਕ ਸਾਡੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਡੀ ਸੁਣਵਾਈ ਨਹੀਂ ਕਰਦਾ, ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦਾ ਕਿ ਇਹਨਾਂ ਨੂੰ ਇੱਥੋਂ ਉਠਾ ਕੇ ਕਿਤੇ ਪਾਰਕਿੰਗ 'ਚ ਜਾਂ ਕਿਤੇ ਹੋਰ ਜਗ੍ਹਾ 'ਤੇ ਸ਼ਿਫਟ ਕੀਤਾ ਜਾਊਗਾ ਜਿੱਥੇ ਸਹੀ ਰਹਿਣ, ਜਿੱਥੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ, ਉਦੋਂ ਤੱਕ ਅਸੀਂ ਇੱਥੇ ਬੈਠੇ ਹਾਂ। ਇਸ ਮੁੱਦੇ 'ਤੇ ਮੈਂ ਕਈ ਵਾਰੀ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕਿਆ ਜੀ, ਅਤੇ SP ਸਾਹਿਬ ਨੂੰ ਸ਼ਿਕਾਇਤ ਕਰ ਚੁੱਕਿਆ, ਪੁਲਿਸ ਕਾਰਵਾਈ ਇੱਕ ਵਾਰੀ ਹੋਈ ਸੀ, SP ਨਰਿੰਦਰ ਜੀ ਨੂੰ ਕਿਹਾ ਸੀ, ਉਹਨਾਂ ਨੇ ਸਾਡੀ ਬਹੁਤ ਵਧੀਆ ਸੁਣੀ ਸੀ, ਬਹੁਤ ਵਧੀਆ ਇਨਸਾਨ ਸੀ ਉਹ, ਉਹਨਾਂ ਨੇ ਨਾਲ ਦੇ ਨਾਲ ਪੁਲਿਸ ਭੇਜੀ ਸੀ, ਕੁਝ ਚਲਾਣ ਕੀਤੇ ਗਏ ਸੀ, ਪਰ ਲੇਕਿਨ ਚਲਾਣ ਕਰਨ ਤੋਂ ਬਾਅਦ ਇਹ ਫੇਰ ਖੜ ਗਏ, ਫਿਰ ਇਹ ਮੇਰੇ ਖਿਲਾਫ਼ ਧਰਨਾ ਲੈ ਕੇ ਸਾਡੇ ਮਾਣਯੋਗ MLA ਸਾਹਿਬ ਜਗਰੂਪ ਗਿੱਲ ਦੇ ਘਰੇ ਗਏ ਸੀ ਮੇਰੇ ਖਿਲਾਫ਼, ਉਹ ਕੁਦਰਤੀ ਸੈਸ਼ਨ ਚੱਲ ਰਿਹਾ ਸੀ ਤਾਂ ਉਹ ਘਰੇ ਨਹੀਂ ਮਿਲੇ, ਉੱਥੋਂ ਆ ਕੇ ਫਿਰ ਇਹਨਾਂ ਨੇ ਯੂਨੀਅਨ ਬਣਾਈ, ਕਹਿੰਦੇ ਅਸੀਂ ਕੌਂਸਲਰ ਦੇ ਖਿਲਾਫ਼, ਮੇਰੇ ਭਾਬੀ ਕੌਂਸਲਰ ਹੈ, ਕਹਿੰਦੇ ਉਹਦੇ ਖਿਲਾਫ਼ ਧਰਨਾ ਦੇਵਾਂਗੇ ਵੀ ਸਾਨੂੰ ਇੱਥੋਂ ਉਠਾਇਆ ਨਾ ਜਾਵੇ। ਕਿਉਂ? ਜਦੋਂ ਬਾਜ਼ਾਰ ਦੇ ਵਿੱਚ ਇੱਕ ਬੰਦਾ ਗੱਡੀ ਲਾਉਂਦਾ ਟੋਅ ਕਰ ਲੈਂਦੇ ਹੋ ਮਿੰਟ ਦੇ ਵਿੱਚ,
ਦੁਕਾਨਦਾਰ ਕੋਈ ਸਮਾਨ 2 ਫੁੱਟ 4 ਫੁੱਟ ਬਾਹਰ ਰੱਖਦਾ, ਮਿੰਟ 'ਚ ਚੱਕ ਲੈਂਦੇ ਹੋ, ਇੱਥੇ ਕੀ ਪ੍ਰੋਬਲਮ ਹੈ ਯਾਰ? ਇਹ ਸ਼ਹਿਰ ਦਾ ਪੋਸ਼ ਏਰੀਆ, ਸਾਰਾ ਵਧੀਆ ਏਰੀਆ, ਸਾਰੇ ਸਕੂਲ ਹੈ, ਗੁਰਦੁਆਰਾ ਸਾਹਿਬ ਹੈ, ਮੁਹੱਲਾ ਹੈ, ਸਭ ਕੁਛ ਇੱਥੇ ਹੈ ਜੀ, ਇੱਥੇ ਕਿਉਂ ਸਾਡੇ ਨਾਲ ਧੱਕਾ ਕੀਤਾ ਜਾਂਦਾ? ਇੱਥੇ ਕਿਉਂ ਖੜ੍ਹੇ ਆ ਟਰਾਂਸਪੋਰਟਰ? ਕਿਤੇ ਦੀ ਸ਼ਾਇਦ ਹੈਗੀ ਹੈ ਵੀਰ ਜੀ ਇੱਥੇ, ਨਹੀਂ ਤਾਂ ਇੰਨੀ ਮੇਰੀ ਅਪਰੋਚ ਆਉਣ ਦੇ ਬਾਵਜੂਦ। ਉਦੋਂ ਬਾਅਦ ਅਸੀਂ ਪ੍ਰਧਾਨ ਜੀ ਸੋਨੂੰ ਜੀ ਬੈਠੇ ਆ, ਡਾਕਟਰ ਬਿਦੁਲ ਬੈਠੇ ਆ, ਸਾਰੇ ਸਾਡੇ ਅੰਫੀ ਮਾਲੀ ਗੱਲ ਦੇ ਪ੍ਰਧਾਨ ਬੈਠੇ ਆ, ਸਾਰੇ ਬੈਠੇ ਆ ਜੀ, ਅਸੀਂ ਮਿਲ ਕੇ ਸਲਾਹ ਕਰਕੇ ਫਿਰ ਉਸ ਤੋਂ ਅਗਲਾ ਸਟੈਪ ਚੱਕਾਂਗੇ। ਅਸੀਂ ਤੁਸੀਂ ਦੇਖ ਸਕਦੇ ਹੋ ਵੀ ਇਹਨੇ ਹੁਣ ਅਸੀਂ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ, ਜਿਹੜੇ ਸਾਡੇ ਸਮਾਜ ਸੇਵੀ ਨੇ ਸੋਨੂੰ ਮਹੇਸ਼ਵਰੀ ਜੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸੋਨੂੰ ਜੀ, ਕੀ ਕਹਿਣਾ ਚਾਹੋਗੇ ਤੁਹਾਡਾ? ਇਹ ਬਹੁਤ ਲੰਬਾ ਮਸਲਾ ਚੱਲਦਾ ਆ ਰਿਹਾ ਜੀ, ਇਹ ਵਿਚਾਰਾ ਕੋਈ ਮਸਲਾ ਅੱਜ ਦਾ ਨਹੀਂ ਚੱਲਦਾ ਆ ਰਿਹਾ ਗਾ, ਲੋਕ ਬੜੇ ਦੁਖੀ ਹੈ ਜੀ। ਇੱਧਰ ਦੇਖੋ ਤੁਸੀਂ, ਦੇਸਰਾ ਸਕੂਲ ਹੈ, ਇੱਥੇ ਸੈਂਕੜੇ ਬੱਚੇ ਪੜ੍ਹਦੇ ਆ, ਉਹਨਾਂ ਨੇ ਲੰਘਣਾ ਟੱਪਣਾ ਹੁੰਦਾ, ਸਵੇਰੇ ਟਰਾਂਸਪੋਰਟਰ ਇੱਥੇ ਲਿਆ ਕੇ ਗੱਡੀਆਂ ਲਾ ਦਿੰਦੇ ਆ, ਸਾਰੇ ਟਰੀ ਗਾਰਡ ਭੰਨਤੇ, ਕਦੀ ਖੰਭਾ ਭੰਨਤਾ, ਸਾਰੀਆਂ ਫੁੱਟਪਾਥਾਂ ਕਵਰ ਕਰ ਲੈਂਦੇ ਆ, ਫੁੱਟਪਾਥ 'ਤੇ ਕੋਈ ਬੰਦਾ ਲੰਘ ਨਹੀਂ ਸਕਦਾ, ਸਾਰਾ ਭਰਿਆ ਹੁੰਦਾ ਹੈਗਾ। ਸਵੇਰੇ ਗੱਡੀ ਲਾਉਂਦੇ ਆ, ਕਿਸੇ ਦੁਕਾਨਦਾਰ ਨੇ 9 ਮਾਲ ਚੜ੍ਹਾਉਣਾ ਆਪਦਾ, ਕਿਸੇ ਨੇ 10 ਚੜ੍ਹਾਉਣਾ, ਕਿਸੇ ਨੇ 11 ਚੜ੍ਹਾਉਣਾ, ਇਹ ਦੁਪਹਿਰ ਤੱਕ ਗੱਡੀਆਂ ਇੱਥੇ ਪੂਰਾ ਰੋਡ ਬਲੋਕ ਰੱਖਦੇ ਆ, ਇੱਥੇ ਬੰਦਾ ਕੋਈ ਬਾਈਕ 'ਤੇ ਵੀ ਨਹੀਂ ਲੰਘ ਸਕਦਾ ਜੀ। ਇਹ ਵਿਚਾਰੇ ਮੁਹੱਲੇ ਵਾਲੇ ਸਾਰੇ ਇਕੱਠੇ ਹੋ ਕੇ, ਅਸੀਂ ਵੀ ਇੱਥੋਂ ਲੰਘਦੇ ਜੀ, ਸਾਨੂੰ ਬੜਾ ਔਖਾ ਹੋਣਾ ਪੈਂਦਾ ਹੈਗਾ, ਕਿਉਂਕਿ ਇਹ ਮੇਨ ਏਰੀਆ ਜੀ ਸ਼ਹਿਰ ਦਾ, ਜਿਹੜਾ ਵੀ ਬੰਦਾ ਹੈਗਾ ਉਹਨੇ ਇੱਕ ਦਿਨ ਦੇ ਵਿੱਚ ਇੱਕ ਅੱਧਾ ਗੇੜਾ ਇੱਥੋਂ ਲੱਗਦਾ ਹੀ ਲੱਗਦਾ ਇਸ ਏਰੀਏ 'ਚੋਂ। ਅਤੇ ਇਹਨਾਂ ਨੇ ਕਾਰਪੋਰੇਸ਼ਨ ਦੇ ਵਿੱਚ ਵੀ ਗੱਲ ਕੀਤੀ ਸੀਗੀ, ਪੁਲਿਸ ਡਿਪਾਰਟਮੈਂਟ 'ਚ ਵੀ ਗੱਲ ਕੀਤੀ ਸੀ, ਲੇਕਿਨ ਕੋਈ ਪੱਕਾ ਹੱਲ ਨਹੀਂ ਹੋਇਆ। ਕਾਰਪੋਰੇਸ਼ਨ ਨੇ ਤਾਂ ਸੁਣਵਾਈ ਕੀਤੀ ਨਹੀਂ, ਪੁਲਿਸ ਨੇ ਤਾਂ ਸੁਣਵਾਈ ਕੀਤੀ ਸੀ, ਇੱਕ ਵਾਰ ਚਲਾਨ ਚਲੂਨ ਕੱਟੇ ਸੀਗੇ, ਲੇਕਿਨ ਫਿਰ ਪਤਾ ਨਹੀਂ ਵੀ ਕੀ ਮਸਲਾ ਹੋਇਆ, ਦੁਬਾਰਾ ਇਹ ਫਿਰ ਦਲੇਰੀ ਨਾਲ ਇੱਥੇ ਜਾ ਕੇ ਗੱਡੀਆਂ ਲਗਾਉਣ ਲੱਗ ਗਏ। ਆਹ ਡੇਲੀ ਸਰਵਿਸ ਵਾਲਾ, ਇਹਨਾਂ ਦਾ ਹੀ ਬੋਰਡ ਲੱਗਿਆ ਜੀ ਇਹ, ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇਹਨਾਂ ਨੇ ਬੋਰਡ ਹੀ ਫਿਕਸ ਕਰਤਾ ਜੀ, ਐਡਾ ਵੱਡਾ। ਆਹ ਦੇਖੋ ਜੀ, ਡੇਲੀ ਸਰਵਿਸ ਵਾਲੇ ਇੱਥੇ ਬੋਰਡ ਹੀ ਲਗਾ ਤੇ ਇਹਨਾਂ ਨੇ, ਟਰਾਂਸਪੋਰਟ ਬਣਾ ਤੇ ਸਰਕਾਰ ਨੇ 12-13 ਸਾਲ ਪਹਿਲਾਂ ਟਰਾਂਸਪੋਰਟ ਨਗਰ ਕੱਟਿਆ ਸੀਗਾ ਜੀ, 12-13 ਸਾਲ ਪਹਿਲਾਂ ਟਰਾਂਸਪੋਰਟ ਨਗਰ ਕੱਟਿਆ ਸੀ ਸਰਕਾਰ ਨੇ, ਉਹ ਤਾਂ ਕਾਮਯਾਬ ਕਰ ਨਹੀਂ ਸਕੇ, ਇਸ ਨੂੰ ਟਰਾਂਸਪੋਰਟ ਨਗਰ ਬਣਾ ਲਿਆ ਅਗਲੇ ਨੇ ਧੱਕੇ ਨਾਲ। ਤੇ ਦੇਖੋ ਕੋਈ ਸੁਣਵਾਈ ਨਹੀਂ, ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਸ਼ਿਕਾਇਤ ਨਹੀਂ, ਸੁਣਵਾਈ ਨਹੀਂ। ਇੱਕ ਤਾਂ ਹੁੰਦਾ ਹੈਗਾ ਵੀ ਅਧਿਕਾਰੀ ਇਹ ਕਹਿ ਦੇਣ ਵੀ ਸਾਡੇ ਮਾਮਲਾ ਧਿਆਨ 'ਚ ਨਹੀਂ ਸੀਗਾ, ਪਰ ਹੁਣ ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਵੀ ਅਸੀਂ ਕੰਪਲੇਂਟਾਂ ਦੇ ਚੁੱਕੇ ਮੁਹੱਲੇ ਵਾਲੇ, ਵਾਰ ਵਾਰ ਇਹਨਾਂ ਨੂੰ ਡੇਲੀ ਵਾਂਗੂ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਭੇਜਿਆ ਜਾਂਦਾ ਜੀ ਇਹ ਮਸਲੇ ਦਾ ਹੱਲ ਕਰਾ ਦਿਓ, ਲੇਕਿਨ ਕੁਛ ਵੀ ਹੱਲ ਨਹੀਂ ਹੋ ਰਿਹਾ ਜੀ। ਇਹਦਾ ਬੋਰਡ ਲਗਾ ਤੇ ਅਗਲੇ ਨੇ ਇੱਥੇ ਟਰਾਂਸਪੋਰਟ ਨਗਰ ਬਣਾ ਤਾ, ਗੱਡੀਆਂ ਤਾਂ ਉੱਥੇ ਵੀ ਲੱਗੀ ਹੋਈ ਆ ਸਰ, ਜਿਵੇਂ ਰੇਲਵੇ ਰੋਡ ਤੇ ਵੀ ਮਾਲ ਭਰਦੇ ਉੱਥੇ ਗੱਡੀਆਂ ਲਾਉਂਦੇ ਆ, ਉੱਥੇ ਵੀ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਜੀ, ਉੱਥੇ ਉਹ ਮਾਲਕਦਾਮ ਰੋਡ ਵਾਲਾ ਜਿਹੜਾ ਏਰੀਆ ਨਾ, ਉਹਦੀ ਇੱਕ ਸਾਈਡ ਤੇ ਤਾਂ ਕੋਈ ਰਿਹਾਇਸ਼ ਹੀ ਹੈ ਨਹੀਂ, ਉੱਥੋਂ ਲਾਂਘਾ ਟੱਪਾ ਹੈ ਨਹੀਂ ਲੋਕਾਂ ਦਾ, ਲੇਕਿਨ ਇੱਥੇ ਇਹ ਸਾਰਾ ਮੁਹੱਲਾ ਤੁਸੀਂ ਦੇਖੋ, ਦੇਸਰਾ ਸਕੂਲ ਇੱਥੇ ਹੈ ਤੇ ਪਿਛਲੇ ਪਾਸੇ ਕਿਲਾ ਰੋਡ ਹੈਗਾ, ਇੱਧਰਲੇ ਪਾਸੇ ਮੁਹੱਲੇ ਹੈਗੇ ਆ, ਰਿਹਾਇਸ਼ੀ ਏਰੀਆ ਹੈਗਾ, ਇੱਧਰ ਸਾਰਾ ਸਿਟੀ ਇੱਧਰਲੇ ਪਾਸੇ ਨੂੰ ਰਹਿ ਗਿਆ, ਇਹ ਲੰਘਣ ਟੱਪਣ ਵਾਲਾ ਏਰੀਆ, ਇੱਥੇ ਆ ਭਰ ਰਹੇ ਹੁੰਦੇ ਆ ਸਾਰਾ ਮਾਲ, ਤੇ ਕਿਸੇ ਨੂੰ ਲੰਘਣ ਵਾਸਤੇ ਰਾਹ ਨਹੀਂ ਹੁੰਦਾ ਵੀ ਇਹਨਾਂ ਨੂੰ ਕੋਈ ਹੋਰ ਥਾਂ ਦਿੱਤੀ ਜਾਵੇ। ਤੁਹਾਡੇ ਆਉਣ ਤੋਂ ਪਹਿਲਾਂ ਭੱਜਿਆ ਸੀ, ਵੀਡੀਓ ਪਹਿਲਾਂ ਹੀ ਬਣਾ ਲਈ ਸੀਗੀ, ਸਾਨੂੰ ਪਤਾ ਸੀ ਇਹ ਭੱਜਣਗੇ, ਜਦੋਂ ਅਸੀਂ ਧਰਨਾ ਦਿੱਤਾ ਇਹ ਭੱਜਣਗੇ, ਅਸੀਂ ਪਹਿਲਾਂ ਧਰਨਾ ਲੈਣ ਤੋਂ ਪਹਿਲਾਂ ਅਸੀਂ ਸਾਰੀ ਵੀਡੀਓ ਕਵਰ ਕਰਕੇ ਆਇਆ, ਮੈਂ ਵੀਡੀਓ ਤੁਹਾਨੂੰ ਵੀਡੀਓ ਕਲਿੱਪ ਵੀ ਦੇ ਦਾਂਗੀ ਸਾਰੇ ਵੀ ਕਿਵੇਂ ਨਾਲ ਸੜਕਾਂ ਦੇ ਫੁੱਟਪਾਥ ਤੇ ਮਾਲ ਪਿਆ, ਟੇਬਲਾਂ ਦੇ ਮਾਲ ਪਿਆ, ਟਰੀ ਗਾਰਡ ਸਾਡੇ ਗਿਰੇ ਹੋਏ ਦੇਖ ਸਕਦੇ ਹੋ, ਬਹੁਤ ਹੀ ਮਾੜੇ ਹਾਲਾਤ ਕਰਤੇ ਸਾਡੇ ਇਹਨਾਂ ਨੇ, ਅੱਜ ਮਜਬੂਰਨ ਸਾਨੂੰ ਇੱਥੇ ਬੈਠਣਾ ਪੈ ਰਿਹਾ। ਤੁਸੀਂ ਸੁਣਿਆ ਮੁਹੱਲਾ ਨਿਵਾਸੀਆਂ ਨੂੰ ਤੇ ਸਮਾਜ ਸੇਵੀਆਂ ਨੂੰ ਕਿ ਧਰਨਾ ਕਿਸ ਵਜ੍ਹਾ ਨਾਲ ਲਗਾਇਆ ਗਿਆ, ਆਪਣੀ ਸਮੱਸਿਆਵਾਂ ਨੂੰ ਲੈ ਕੇ, ਜੇ ਇਹਨਾਂ ਦਾ ਕਹਿਣਾ ਕਿ ਜੇ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਲੰਮਾ ਚੱਲੇਗਾ। ਹੁਣ ਤੁਹਾਨੂੰ ਫਿਰ ਇੱਕ ਵਾਰੀ ਦਿਖਾ ਦਿੰਦੇ ਹਾਂ, ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਉਰੇ। सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।